Yeah.
سمجھت
ਸਭ ਤੋਂ ਪਿਆਰਾ ਰਾਗ ਕਿਹੜਾ ਲੱਗਦਾ ਤੇ ਮੈਂ ਉਹਦੇ ਉੱਤਰ ਵਿੱਚ ਇਹ ਕਹਿਣਾ ਹੁੰਦਾ ਹੈ ਕਿ
ਕੇ ਜੈ ਜੈ ਮੰਤੀ ਸਭ ਤੋਂ ਪਿਆਰਾ ਰਾਗ ਮੇਰੀ ਜ਼ਿੰਦਗੀ ਵਿੱਚ ਜੋ ਸਾਹਮਣੇ ਆਇਆ ਉਹ ਇਹ ਜੈ ਜੈ ਮੰਤੀ ਜੈ ਜੈ ਮੰਤੀ ਇਤਨਾ ਮਿੱਠਾ ਰਸੀਲਾ ਪ੍ਰਭਾਵਸ਼ਾਲੀ ਸ਼ਾਨਦਾਰ ਰਾਗ ਇਹਦੇ ਬਰਾਬਰ ਚ ਮੈਨੂੰ ਹੋਰ ਕੋਈ ਨਜ਼ਰ ਨਹੀਂ ਆਇਆ। ਜਿਹੜੇ ਮੇਰੇ ਗੁਰੂ ਸੀ ਨਾ ਜਿਨ੍ਹਾਂ ਨੇ ਮੈਨੂੰ ਰਾਗ ਦੀ ਤਾਲੀਮ ਦਿੱਤੀ ਉਹਨਾਂ ਦਾ ਨਾਂ ਸਮਾਗੇ ਨੇ, ਗਵਾਲੀਅਰ ਦੇ ਸੀਗੇ, ਉਹ ਬੜੇ ਵੱਡੇ ਉਸਤਾਦ ਸੀਗੇ। ਉਹਨਾਂ ਦਾ ਨਾਂ ਸੀ ਸ਼੍ਰੀ ਪੰਡਿਤ ਕ੍ਰਿਸ਼ਨਾ ਰਾਓ ਜੀ, ਸ਼ੰਕਰ ਪੰਡਿਤ, ਸ਼੍ਰੀ ਪੰਡਿਤ ਕ੍ਰਿਸ਼ਨਾ ਰਾਓ ਜੀ ਸ਼ੰਕਰ ਪੰਡਿਤ। ਆਹਾ, ਇਤਨਾ ਪ੍ਰਭਾਵਸ਼ਾਲੀ ਰਾਗ ਜੋ ਉਹਨਾਂ ਨੇ ਗਾਇਆ ਮੇਰੀ ਨਜ਼ਰ ਵਿੱਚ ਹੋਰ ਨਹੀਂ ਕੋਈ ਆਇਆ। ਔਰ ਉਹਨਾਂ ਨੇ ਇਸ ਰਾਗ ਨੂੰ ਬੜੇ ਚਾਹ ਨਾਲ, ਬੜੀ ਮਸਤੀ ਨਾਲ, ਖੇੜੇ ਨਾਲ, ਬੜੇ ਰੰਗ ਨਾਲ ਗਾਇਆ। ਜੈ ਜੈ ਮੰਤੀ। ਆਹਾ, ਉਹਨਾਂ ਦੇ ਕੋਲੋਂ ਮੈਂ ਇਹ ਰਾਗ ਸਿੱਖਿਆ, ਉਹਨਾਂ ਕੋਲੋਂ ਸੁਣਿਆ ਅਤੇ ਮੈਨੂੰ ਇਸ ਰਾਗ ਦੀ ਸਮਝ ਆਈ। ਪਿਆਰੀ ਸੰਗਤ ਜੀ, ਮੈਂ ਤੁਹਾਨੂੰ ਇਹ ਆਪਣੇ ਜਥੇ ਨਾਲ ਇਹ ਰਾਗ ਸੁਣਾ ਰਿਹਾ ਹਾਂ। ਇਸ ਰਾਗ ਨੂੰ ਮੇਰੇ ਨਾਵੇਂ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਗਾਇਆ। ਹੋਰ ਕਿਸੇ ਗੁਰੂ ਨੇ ਇਸ ਰਾਗ ਨੂੰ ਨਹੀਂ ਗਾਇਆ, ਕੇਵਲ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ। ਸਦਕੇ ਜਾਵਾਂ ਆਪਣੇ ਸਤਿਗੁਰੂ ਦੇ ਚਰਨਾਂ ਤੋਂ, ਜਿਨ੍ਹਾਂ ਨੇ ਇਸ ਰਾਗ ਨੂੰ ਗਾ ਕੇ ਸਾਨੂੰ ਚਾਨਣਾ ਦਿੱਤਾ। ਜੈ ਜੈ ਬੰਤੀ ਬੀਤ ਜੈ ਬੀਤ ਅਕਾਲ। ਸੁਣ ਕੇ ਪੁਰਾ
ਰਾਜ ਰੇ।